ਕਰਕੇ ਜਾਵਾਂਗੇ, ਨਹੀਂ ਜਪ ਕਰਾਂਗੇ ਅਸੀਂ ਸੁਖੀ ਸੁਖੀ ਕਰ ਨਾ ਜਾਵਾਂਗੇ, ਅਸੀਂ ਗੋ ਗੋ ਚੱਕਰ ਵਿੱਚ ਫਸ ਜਾਵਾਂਗੇ ਜੂਨਾਂ ਵਿੱਚ, ਤੇ ਫੇਰ ਬੜਾ ਔਖਾ ਨਿਕਲਿਆ ਜਾਣਾ ਤੁਹਾਡੇ ਕੋਲ। ਤਾਈ ਬਾਗੂ ਜੀ ਪਹਿਲੋ ਹੀ ਕਹਿੰਦੇ ਆ ਕਿ ਤੁਸੀਂ ਪਹਿਲੋ ਨਾ ਜੂਨਾਂ ਵਿੱਚ ਚਲ ਜਾਇਓ, ਪਹਿਲੋ ਹੀ ਅਸੀਂ ਜੂਨਾਂ ਵਿੱਚ ਹੋ ਕੇ ਆਏ ਆ। ਬਾਗੂ ਜੀ ਨੇ ਹੁਣੇ ਸਾਡੇ ਕੋਲ ਕਿਰਪਾ ਕੀਤੀ ਆ ਕਿ ਤੁਸੀਂ ਨਾ ਜਪ ਜਪ ਕੇ ਮੇਰੇ ਕੋਲ ਸੁਖੀ ਸੁਖੀ ਕਰ ਲਾ ਜੋ। ਵਾਹਿਗੁਰੂ ਜੀ, ਇੱਕ ਵੇ ਪੁੱਛਣਾ ਸੀਗਾ ਕਿ ਪੰਜ ਚੋਰ ਕਿੱਥੇ ਰਹਿੰਦੇ ਆ? ਪੰਜ ਚੋਰ ਤਾਤ ਦੇ ਰਸਤੇ ਰਹਿੰਦੇ ਆ। ਅੱਛਾ ਅੱਛਾ, ਤਾਤ ਦੇ ਰਸਤੇ ਤੇ ਰਹਿੰਦੇ ਆ, ਤੇ ਇਹ ਕਿੱਥੇ ਨੇ ਪੰਜ ਚੋਰ? ਓਦਾਂ ਹੋਰ ਕਿੱਥੇ ਰਹਿੰਦੇ ਵਾਹਿਗੁਰੂ ਜੀ, ਕੀ ਦੱਸਦੇ ਕਿੱਥੇ ਰਹਿੰਦੇ ਆ? ਵਾਹਿਗੁਰੂ ਜੀ ਦੱਸਦੇ ਆ ਇੰਦਰ ਦੇ ਹੀ ਪੰਜ ਚੋਰ ਵਸੇ, ਕਾਮ ਕ੍ਰੋਧ ਲੋਭ ਮੈਂ ਹਾਲਾ, ਵਾਹਿਗੁਰੂ ਵਾਹਿਗੁਰੂ। ਸਾਡਾ ਅੰਮ੍ਰਿਤ ਰਸ ਲੁੱਟਦੇ ਆ, ਇਹ ਅੰਮ੍ਰਿਤ ਰਸ ਕਿੱਥੇ ਰੱਖਿਆ ਵਾਹਿਗੁਰੂ ਜੀ ਨੇ? ਅੱਛਾ, ਖੂੰਟਾ ਭਰ ਕੇ ਰੱਖਿਆ ਵਾ। ਮਾਤਾ ਜੀ, ਤੇ ਗੁਰਬਾਣੀ ਗੁਰੂ ਅੰਮ੍ਰਿਤ ਰਸ ਬਾਰੇ ਕੀ ਕਹਿੰਦੇ ਆ? ਕਹਿੰਦੇ ਆ ਕਿ ਨਾਮ ਜਪ ਜਪ ਕੇ ਤੇ ਤੁਸੀਂ ਅੰਮ੍ਰਿਤ ਰਸ ਜਪ ਜਪ ਕਰ ਕਰ ਕੇ ਅੰਮ੍ਰਿਤ ਰਸ ਵਿੱਚੋਂ ਕੱਢ ਲੋ ਤੇ ਅੰਮ੍ਰਿਤ ਰਸ ਪੀ ਲੋ। ਕੀ ਕਹਿੰਦੇ? ਅੰਤਰ ਖੂੰਟਾ ਅੰਮ੍ਰਿਤ ਖੂੰਟਾ ਅੰਮ੍ਰਿਤ ਫੈਲਿਆ, ਸਭਰੇ ਕਾਲ ਪੀਏ ਪਨਹਾਰੇ। ਸਤਿ ਬਚਨ ਵਾਹਿਗੁਰੂ ਜੀ। Thank you.